ਜਲੰਧਰ ਦੇ ਕਸਬਾ ਗੁਰਾਇਆ ਵਿੱਚ ਨੈਸ਼ਨਲ ਹਾਈਵੇ ਤੇ ਮੌਜੂਦ ਭਾਰਤ ਪੈਟਰੋਲ ਪੰਪ ਤੇ ਬੀਤੇ ਦਿਨੀ ਖੂਬ ਹੰਗਾਮਾ ਮਚ ਗਿਆ। ਇਸ ਹੰਗਾਮੇ ਦੀ ਖਬਰ ਜਦੋਂ ਪੁਲਿਸ ਨੂੰ ਲੱਗੀ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਦੀ ਵਿਕਰੀ ਵੀ ਪੁਲਿਸ ਨੇ ਬੰਦ ਕਰਵਾ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋਂ ਪ੍ਰਧਾਨ ਸੁਖਵਿੰਦਰ ਬਿੱਟੂ ਨੇ ਦੱਸਿਆ ਕਿ ਉਹਨਾਂ ਦੇ ਕੁਝ ਸਾਥੀਆਂ ਨੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਇਆ ਜਿਸ ਵਿੱਚ ਪਾਣੀ ਨਿਕਲਿਆ। ਵੇਖਦੇ ਹੀ ਵੇਖਦੇ ਉੱਥੇ ਹੋਰ ਲੋਕ ਵੀ ਇਕੱਠੇ ਹੋ ਗਏ, ਜਿਨ੍ਹਾਂ ਦੇ ਗੱਡੀਆਂ ਵਿੱਚ ਪੈਟਰੋਲ ਦੀ ਥਾਂ ਤੇ ਪਾਣੀ ਨਿਕਲਣ ਕਰਕੇ ਸਾਰੇ ਵਾਹਨ ਖਰਾਬ ਹੋ ਗਏ। ਫਿਲਹਾਲ ਪੁਲਿਸ ਨੇ ਪੈਟਰੋਲ ਪੰਪ ਨੂੰ ਬੰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ, ਅੱਜ ਕਰੀਬ 10 ਵਜੇ ਸਾਨੂੰ ਕੰਪਲੇਂਟ ਆਈ ਹੈ ਵੀ ਜਿਹੜਾ ਭਾਰਤ ਪੈਟਰੋਲੀਅਮ ਪੰਪ ਮਾਲਾ ਦੇ ਨੇੜੇ ਹੈ ਜੀ, ਉਹਦੇ ਵਿੱਚ ਜਦੋਂ ਗੱਡੀਆਂ ਦੇ ਵਿੱਚ ਤੇਲ ਪਵਾਇਆ, ਐਕਟਿਵਾ ਦੇ ਵਿੱਚ ਤੇਲ ਪਵਾਇਆ, ਤਾਂ ਤੇਲ ਦੀ ਜਗ੍ਹਾ ਪਾਣੀ ਆ ਰਿਹਾ ਸੀ ਜਿੱਦਾਂ ਕੋਈ ਕੈਮੀਕਲ ਮਿਕਸ ਕੀਤਾ ਹੋਵੇ। ਜਦੋਂ ਮੈਂ ਮੌਕੇ 'ਤੇ ਗਿਆ ਜੀ, ਉੱਥੇ ਆਪਾਂ ਉਹਨਾਂ ਦੀ ਜਿਹੜੀ ਐਕਟਿਵਾ 'ਚ ਜਿਹੜਾ ਤੇਲ ਪਾਇਆ ਹੋਇਆ ਸੀ, ਉਹਨਾਂ ਨੇ ਬੋਤਲ 'ਚ ਪਾ ਕੇ ਦਿਖਾਇਆ, ਉਹ ਬਿਲਕੁਲ ਹੀ ਚਿੱਟਾ ਸੀ। ਉਹ ਇੱਦਾਂ ਲੱਗ ਰਿਹਾ ਸੀ ਜਿਵੇਂ ਕੋਈ ਕੈਮੀਕਲ ਮਿਕਸ ਕੀਤਾ ਹੋਵੇ। ਜਿਹਦੇ ਸੰਬੰਧੀ ਜਿਹੜਾ ਆਪਾਂ ਪੰਪ ਦਾ ਓਨਰ ਹੈ, ਉਹਨਾਂ ਨਾਲ ਆਪਾਂ ਸੰਪਰਕ ਕੀਤਾ, ਉਹਨਾਂ ਨੂੰ ਦੱਸਿਆ ਵੀ ਆਹ ਪ੍ਰੋਬਲਮ ਆ ਰਹੀ ਹੈ। ਉਹ ਮੇਰੇ ਕੋਲ ਆ ਰਹੇ ਨੇ ਜੀ ਘੰਟੇ ਦੇ ਵਿੱਚ ਵਿੱਚ, ਬਾਕੀ ਇਹਨਾਂ ਦੇ ਕੰਪਨੀ ਵਾਲਿਆਂ ਵੀ ਮੇਰੀ ਗੱਲ ਹੋਈ ਹੈ। ਮੌਕੇ ਦੀ ਨਜਾਕਤ ਨੂੰ ਦੇਖਦੇ ਇਹ ਜਿਹੜੇ ਇਹਦੇ ਮਾਲਕ ਹੈ, ਉਹਨਾਂ ਨੂੰ ਆਪਾਂ ਸੁਝਾਅ ਦਿੱਤਾ ਵੀ ਫਿਲਹਾਲ ਦੇ ਤੌਰ 'ਤੇ ਕਿਸੇ ਵੀ ਗੱਡੀ ਦੇ ਵਿੱਚ ਤੇਲ ਨਾ ਪਾਓ, ਤਾਂ ਜੋ ਕੋਈ ਗੱਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਨਾ ਆ ਸਕੇ, ਜਾਂ ਕੋਈ ਤਕਨੀਕੀ ਕੋਈ ਇੱਦਾਂ ਦੀ ਪ੍ਰੋਬਲਮ ਨਾ ਆ ਜਾਵੇ, ਕਿਤੇ ਗੱਡੀ ਚੱਲਦੀ ਚੱਲਦੀ ਬੰਦ ਹੋ ਜਾਵੇ ਜਾਂ ਕੁਛ। ਬਾਕੀ ਇਹਨਾਂ ਦੇ ਜਿਹੜੇ ਓਨਰ ਆ ਰਹੇ ਨੇ ਜੀ, ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਸਾਡੀ ਬਣਦੀ ਐਸ ਪਰ ਲੋਕ ਕਾਰਵਾਈ ਬਣ। ਪੈਲਸ ਦੇ ਬਿਲਕੁਲ ਸਾਹਮਣੇ ਆ ਪ੍ਰੋਜੈਕਟ, ਅਸੀਂ ਲਾਈਵ ਇੱਥੋਂ ਤੇਲ ਪਵਾਇਆ 1 ਲੀਟਰ। 1 ਲੀਟਰ ਦੇ ਵਿੱਚ ਪੈਟਰੋਲ ਦੇਖ ਲਓ, ਇਹ ਪੈਟਰੋਲ ਆ ਤੁਸੀਂ ਦੇਖ ਲਓ, ਇਹ ਲੋਕਾਂ ਨਾਲ ਲੁੱਟ। ਅੱਜ 6 ਘੱਟੋ ਘੱਟ 6 ਬੰਦਿਆਂ ਨੇ ਤੇਲ ਪਵਾਇਆ ਔਰ ਸਾਰਿਆਂ ਨੂੰ ਇਹੋ ਜਿਹਾ ਤੇਲ ਮਿਲ ਰਿਹਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਜੋ ਵੀ ਸੰਬੰਧਿਤ ਇਹਦਾ ਅਧਿਕਾਰੀ ਆ, ਵੀ ਇਸ ਸੀਲ ਨੂੰ ਹੁਣੇ ਇਸ ਪੰਪ ਨੂੰ ਸੀਲ ਕੀਤਾ ਜਾਵੇ। ਸਾਡੀ ਇਹ ਬੇਨਤੀ ਆ।